ਕਿ ਆਪਾਂ ਵੀ ਕਹਿੰਨੇ ਵੀ ਹਰ ਕੋਨਾ ਕੋਨਾ ਸਾਫ ਕਰੀਏ, ਲక్ష్ਮੀ ਆਵੇ ਆਪਣੇ ਘਰੇ ਵੀ। ਵੈਸੇ ਜਿਹੜੀ ਕਹਿੰਦੇ ਲక్ష్ਮੀ ਆ ਉਹ ਜਿਹੜੇ ਬਾਹਮਣ ਲੋਕ ਹੁੰਦੇ ਉਹ ਉਹਨਾਂ ਨੇ ਬੰਨੀ ਹੁੰਦੀ, ਉਹਨਾਂ ਦੇ ਘਰਾਂ 'ਚ ਹੀ ਆਉਂਦੀ ਆ। ਫਰਕ ਵੀ ਦੱਸੋ ਉਹਨੂੰ, ਚੀਜ਼ ਬਣਾ ਕੇ ਵੀ ਦਿਓ, ਉਹ ਆਪਣੇ ਆਪ ਨਹੀਂ ਬਾਹਰ ਲੀਆਂ ਜਿਹੜੀਆਂ ਮਾਰਕੀਟਾਂ ਦੀਆਂ ਚੀਜ਼ਾਂ ਧਿਆਨ ਨਹੀਂ ਦਊਗਾ। ਸਾਡੇ ਬੱਚੇ ਵੀ ਆ, ਐ ਨਹੀਂ ਬੱਚਿਆਂ ਸਾਰਿਆਂ ਦੇ ਹੁੰਦੇ ਆ ਵੀ ਸਾਰਿਆਂ ਦੇ ਬੱਚੇ ਜੀ ਕਰਦੇ ਨੇ ਆ ਕੇ ਗੁੱਡੂ ਦੱਸੋ ਮੰਮੀ ਅੱਜ ਕੋਈ ਆਹ ਲੈ ਕੇ ਆਇਆ ਸਕੂਲੇ, ਕੋਈ ਉਹ ਲੈ ਕੇ ਆਇਆ। ਮੈਂ ਹਰ ਕੋਸ਼ਿਸ਼ ਕਰਦੀ ਹਾਂ ਵੀ ਘਰੇ ਉਹਨਾਂ ਨੂੰ ਉਹਦੀ ਚੀਜ਼ ਬਣਾ ਕੇ ਦਿੱਤੀ ਜਾਵੇ। ਸੇਵੀਆਂ ਨੂੰ ਪਿੰਡਾਂ 'ਚ ਕਹਿ ਦਿੰਦੇ ਨੇ ਆਪਾਂ ਨਿਊਡਲਸ ਵਗੈਰਾ ਕਹਿ ਦਿੰਦੇ ਹਾਂ, ਉਹਦੇ ਕਮੈਂਟ ਇੱਕ ਦੋ ਨੇ ਕੀਤੇ ਜੀ ਅੱਗੇ ਨਹੀਂ ਬੱਚੇ ਹਟਦੇ, ਤੁਸੀਂ ਪੁੱਠੇ ਰਸਤੇ ਲਾ ਰਹੇ ਹੋ। ਮੈਂ ਤਾਂ ਤੁਹਾਨੂੰ ਦੱਸ ਰਹੀ ਹਾਂ ਵੀ ਜੇ ਬੱਚੇ ਨਹੀਂ ਹਟਦੇ ਉਹਨਾਂ ਨੂੰ ਸ਼ੁੱਧ ਕਿਵੇਂ ਉਹੋ ਜਿਹੀ ਚੀਜ਼ ਤੁਸੀਂ ਘਰੇ ਬਣਾ ਕੇ ਦੇਣੀ ਆ। ਇਹ ਆਟੇ ਦੀਆਂ ਬਣਾਈਆਂ ਨੇ ਆਪਾਂ, ਤੇ ਵੈਸੇ ਆਪਾਂ ਬਾਜ਼ਾਰੋਂ ਜਿਹੜਾ ਲੈ ਕੇ ਆਉਂਦੇ ਆ ਉਹ ਮੈਦੇ ਦੀਆਂ ਹੁੰਦੀਆਂ ਨੇ, ਤੇ ਇਹ ਆਟੇ ਵਾਲੀਆਂ ਵਾ। ਇਹਨਾਂ ਵਾ ਵੀ ਸ਼ੁੱਧ ਆ, ਵਧੀਆ ਵਾ, ਸਾਫ਼ ਸੁਥਰੀਆਂ ਵਾ। ਹੁਣ ਆਪਾਂ ਇਹਦੇ ਵਿੱਚ ਖਾਦਰ ਲਾਉਂਦੇ ਹਾਂ। ਮੈਂ ਬੈਠੀ ਇੱਥੇ ਵੇਟ ਹੀ ਕਰਦੀ ਸੀ ਉਹਨਾਂ ਦਾ ਆਉਂਦੇ ਪਏ ਸੀ, ਹੁਣ ਅਣੂ ਆ ਗਿਆ, ਤੇ ਆਪਾਂ ਇਹਦੇ ਤੋਂ ਇਹ ਜਿਹੜੀ ਖਾਦ ਜਿਹੜੀ ਉੱਥੇ ਵੇ ਪਈ ਆ ਉਹਦੇ ਵਿੱਚ ਆਪਣੇ ਗਾਰਡਨ 'ਚ ਉਹ ਆਪਾਂ ਮੰਗਾ ਲਈ ਸੀ, ਹੋਰ ਲੈ ਕੇ ਬੇਟਾ ਥੋੜ੍ਹੀ ਜਿਹੀ। ਇੱਦਾਂ ਜਦੋਂ ਖਾਂਦੇ ਹੋ ਨਾ ਬੜਾ ਸਕੂਨ ਜਿਹਾ ਆਉਂਦਾ ਵੇਖ ਕੇ ਵੀ ਆਪਾਂ ਕਿਸੇ ਦੇ ਮੂੰਹ ਦੇ ਵਿੱਚ ਕੋਈ ਚੀਜ਼ ਪਾਤੀ। ਵੈਸੇ ਵੀ ਤਾਂ ਆਪਾਂ ਵੇਸਟ ਕਰਕੇ ਸੁੱਟਣਾ ਵਾ, ਕੋਈ ਵੀ ਰੋਟੀ ਹੋਵੇ ਕੋਈ ਕੋਈ ਚੀਜ਼ ਇੱਦਾਂ ਦੀ ਚੌਲ ਵਗੈਰਾ ਜਾਂ ਕੁਛ ਇੱਦਾਂ ਹੋਵੇ ਨਾ, ਮੈਂ ਇੱਦਾਂ ਪਾ ਦਿੰਦੀ। ਫਿਰ ਬੜੇ ਆਉਂਦੇ ਪੰਛੀ, ਸਵੇਰੇ ਸਵੇਰ ਵੀ ਬਹੁਤ ਆਉਂਦੇ ਆ। ਤੇ ਹੁਣ ਇੱਧਰ ਆਪਣੀ ਜਿਹੜੀ ਖਾਦ ਆ ਉਹ ਰਲ ਚੁੱਕੀ ਹੈ। ਦੇਖੋ ਤੁਸੀਂ ਆਹ ਮਿੱਟੀ ਵੇਖ ਸਕਦੇ ਹੋ, ਇਹ ਇਕੱਲੀ ਮਿੱਟੀ ਆ। ਇਹ ਮੈਂ ਬੂਟੇ ਦਾ ਨਾਮ ਵੀ ਦੱਸਿਆ ਸੀਗਾ ਕਿ ਸ਼ੂਗਰ ਵਾਸਤੇ ਬਹੁਤ ਵਧੀਆ ਵਾ ਨਾਮ, ਉਹਦੇ ਵਿੱਚ ਮੈਂ 2-3 ਵਾਰੀ ਦੱਸਿਆ, ਫਿਰ ਵੀ ਮੈਨੂੰ ਕਮੈਂਟ ਆਉਂਦਾ ਵੀ ਇਹਦਾ ਨਾਮ ਕੀ। ਇਹਦਾ ਦੇਖੋ ਬੱਚੇ ਜਿਹੜੇ ਟਿਊਸ਼ਨਾਂ ਤੋਂ ਆ ਕੇ ਸਾਰੇ ਇੰਜੋਏ ਕਰ ਰਹੇ ਆ। ਹਾਏ ਦਵਾਂਚੂ, ਪਹਿਲਾਂ ਉਹ ਉੱਪਰ ਤੇ ਲਾਈਆਂ ਸੀ ਸਾਰੀਆਂ, ਪਰ ਮੈਨੂੰ ਫਿਰ ਇਹ ਫਿੱਕਾ ਫਿੱਕਾ ਲੱਗਦਾ ਸੀ ਆਪਣਾ ਗਾਰਡਨ, ਤੇ ਹੁਣ ਆਪਾਂ ਇਹਦੇ ਵਿੱਚ ਵੀ ਲਾ ਦਿੱਤੇ। ਦੇਖੋ ਕਿੰਨੀ ਸੋਹਣੀ ਲੱਗਦੀਆਂ ਨਾ, ਸਾਰੇ ਦਰਖਤ ਐਂ ਜਗਮਗ ਜਗਮਗ ਕਰਦੇ ਪਏ ਨੇ, ਕਿੰਨਾ ਸੋਹਣਾ ਲੱਗਦਾ। ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਰਾਮ ਰਾਮ, ਜੈ ਮਾਤਾ ਦੀ, ਕੈਸੇ ਆ ਸਭ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ। ਅੱਜ ਆਪਾਂ ਹੁਣ ਸ਼ਾਮ ਦੇ ਵਧੀਆ 3, ਕਿਉਂਕਿ ਬੱਚੇ ਆਉਣ ਵਾਲੇ ਟਾਈਮ ਟੇਬਲ ਉਹਨਾਂ ਦਾ ਚੇਂਜ ਹੋ ਗਿਆ ਸਕੂਲ ਦਾ, ਹੁਣ ਰੋਟੀ ਨਹੀਂ ਖਾਂਦੇ, ਤੇ ਮੈਂ ਬਣਾ ਰਹੀ ਸੀ ਉਹਨਾਂ ਵਾਸਤੇ ਦੇਸੀ ਨਿਊਡਲਸ। ਇਹ ਦੇਖੋ ਜਿਹੜੇ ਆਪਾਂ ਘਰੇ ਬਣਾਏ ਸੀਗੇ, ਜਿਹੜੇ ਕੱਚੇ ਉਹ ਵੀ ਆਪਾਂ ਤੁਹਾਨੂੰ ਵਿਖਾ ਦਿੰਦੇ ਹਾਂ। ਇਹ ਆਪਾਂ ਘਰੇ ਹੀ ਘੋੜੀ 'ਚ ਤਿਆਰ ਕੀਤੀ, ਸਾਰੀ ਵੀਡੀਓ ਦੀ ਚੈਨਲ 'ਤੇ ਤਿਆਰ ਕਰਕੇ ਆਪਾਂ ਪਾਈ ਹੈ। ਜਿਨ੍ਹਾਂ ਨੇ ਨਹੀਂ ਵੇਖੀ ਉਹ ਵੀ ਵੇਖ ਸਕਦੇ। ਦੇਖੋ ਉਦੋਂ ਵੀ ਮੈਂ ਵੀਡੀਓ 'ਚ ਦੱਸਿਆ ਸੀ ਵੀ ਬੱਚੇ ਕਹਿੰਦੇ ਸੀ ਮੰਮਾ ਥੋੜ੍ਹੇ ਥੋੜ੍ਹੇ ਜਿਹੜੇ ਨਿਊਡਲਸ ਨੇ ਉਹ ਕੱਚੇ ਰੱਖਿਓ ਤੁਸੀਂ, ਤੇ ਦੇਖੋ ਇਹਨਾਂ ਨੂੰ ਆਪਾਂ ਸਿੱਧੇ ਸਿੱਧੇ ਪੈਕ ਕਰਕੇ ਰੱਖਿਆ। ਅੱਜ ਆਪਾਂ ਬਣਾ ਰਹੇ ਹਾਂ ਜੀ ਦੇਸੀ ਨਿਊਡਲਸ, ਬਾਕੀ ਆਪਾਂ ਪੈਕ ਕਰਕੇ ਫਿਰ ਰੱਖ ਦਿੰਦੇ ਹਾਂ, ਤੇ ਦੇਖਦੇ ਹਾਂ ਬੱਚਿਆਂ ਦਾ ਕੀ। ਤੇ ਹੁਣ ਉੱਧਰ ਮੈਂ ਤੜਕਾ ਲਾਇਆ ਸੀ, ਮੈਂ ਕਿਹਾ ਚੱਲ ਸਬਜ਼ੀਆਂ ਵੀ ਹੈਗੀਆਂ ਸੀ ਮੇਰੇ ਕੋਲ, ਮੈਂ ਨਾਲ ਥੋੜ੍ਹੀਆਂ ਥੋੜ੍ਹੀਆਂ ਵਿੱਚ ਸਬਜ਼ੀਆਂ ਵੀ ਪਾ ਦਾਂ, ਮੈਗੀ ਜੀ ਦਾ ਟੇਸਟ ਵੀ ਆਊਗਾ। ਵੈਸੇ ਲੰਬੀਆਂ ਲੰਬੀਆਂ ਕੱਟੀਦੀਆਂ ਮੈਂ ਇੱਦਾਂ ਹੀ ਬਰੀਕ ਹੀ ਕੱਟਤੀਆਂ ਕਾਹਲੀ ਕਾਹਲੀ। ਤੇ ਇਹ ਆ ਜੀ ਗਾਜਰ, ਟਮਾਟਰ ਤੇ ਵਿੱਚ ਥੋੜ੍ਹੀ ਜਿਹੀ ਸ਼ਿਮਲਾ ਮਿਰਚ, ਹਰੀ ਮਿਰਚ ਤੇ ਬੀਨਸ, ਇਹ ਵੀ ਆਪਾਂ ਵਿੱਚੇ ਪਾ ਦਿੰਦੇ ਹਾਂ। ਇਹ ਭੁੱਜ ਜਾਣਗੇ, ਇਹਦੇ ਇੱਧਰ ਨਿਊਡਲਸ ਆਪਣੇ ਤਿਆਰ ਹੋ ਗਏ, ਇਹਨਾਂ ਨੂੰ ਆਪਾਂ ਭੁੱਲ ਲੈਂਦੇ। ਆਟੇ ਦੀਆਂ ਬਣਾਈਆਂ ਨੇ ਆਪਾਂ, ਤੇ ਵੈਸੇ ਆਪਾਂ ਬਾਜ਼ਾਰੋਂ ਜਿਹੜਾ ਲੈ ਕੇ ਆਉਂਦੇ ਆ ਉਹ ਮੈਦੇ ਦੀਆਂ ਹੁੰਦੀਆਂ ਨੇ, ਤੇ ਇਹ ਆਟੇ ਵਾਲੀਆਂ ਵਾ। ਇਹਨਾਂ ਵਾ ਵੀ ਸ਼ੁੱਧ ਆ, ਵਧੀਆ ਵਾ, ਸਾਫ਼ ਸੁਥਰੀਆਂ ਵਾ। ਜਿਹੜੀ ਉਹ ਮੈਦੇ ਵਾਲੀ ਹੁੰਦੀ ਉਹ ਲੰਬੇ ਲੰਬੇ ਰਹਿੰਦੇ, ਯਾਨੀ ਕਿ ਉਹ ਨਿਊਡਲਸ ਟੁੱਟਦੇ ਨਹੀਂ ਆ। ਇਹ ਦੇਖੋ ਐਡੀ ਐਡੀ ਜਿਹੜੀ ਸੇਵੀਆਂ ਹੋ ਜਾਂਦੀ ਆ ਵੀ, ਯਾਨੀ ਟੁੱਟ ਵੀ ਜਾਂਦੇ ਨੇ, ਪਰ ਇਹਨਾਂ ਵੀ ਸਾਨੂੰ ਇਹ ਵੀ ਅਸੀਂ ਆਟੇ ਵਾਲੇ ਬਣਾ ਕੇ ਖਾ ਰਹੇ ਹਾਂ ਸ਼ੁੱਧ। ਪਿਛਲੀ ਵਾਰੀ ਵੀ ਇੱਦਾਂ ਹੀ ਆਪਾਂ ਘਰੇ ਬਣਾ ਕੇ ਜਿਹੜੇ ਬਣਾ ਕੇ ਖਾਧੇ ਸੀਗੇ, ਲੂਣ ਵਾਲੀਆਂ ਸੇਵੀਆਂ ਨੂੰ ਪਿੰਡਾਂ 'ਚ ਕਹਿ ਦਿੰਦੇ ਨੇ ਆਪਾਂ ਨਿਊਡਲਸ ਵਗੈਰਾ ਕਹਿ ਦਿੰਦੇ ਹਾਂ। ਉਹਦੇ ਕਮੈਂਟ ਇੱਕ ਦੋ ਨੇ ਕੀਤੇ ਜੀ ਅੱਗੇ ਨਹੀਂ ਬੱਚੇ ਹਟਦੇ, ਤੁਸੀਂ ਪੁੱਠੇ ਰਸਤੇ ਲਾ ਰਹੇ ਹੋ। ਮੈਂ ਤਾਂ ਤੁਹਾਨੂੰ ਦੱਸ ਰਹੀ ਹਾਂ ਵੀ ਜੇ ਬੱਚੇ ਨਹੀਂ ਹਟਦੇ ਉਹਨਾਂ ਨੂੰ ਸ਼ੁੱਧ ਕਿਵੇਂ ਉਹੋ ਜਿਹੀ ਚੀਜ਼ ਤੁਸੀਂ ਘਰੇ ਬਣਾ ਕੇ ਦੇਣੀ ਆ। ਤੁਸੀਂ ਸ਼ੁੱਧ ਇਹਨਾਂ ਨੂੰ ਘਰੇ ਬਣਾ ਕੇ ਦਿਓ, ਬੱਚੇ ਤਾਂ ਬਾਹਰ ਰੇੜੀਆਂ 'ਤੇ ਜਾ ਕੇ ਖਾਣਗੇ ਜਦੋਂ ਤੁਸੀਂ ਉਹਨਾਂ ਨੂੰ ਇੱਦਾਂ ਬਾਊਂਡ ਕਰੋਗੇ। ਕੋਈ ਵੀ ਬੱਚਾ ਵਾ ਜਿਵੇਂ ਬਾਹਰ ਜਾ ਕੇ ਉਹ ਦੇਖਦਾ ਮਾਹੌਲ ਜਿਹੋ ਜਿਹਾ, ਚਾਹੇ ਉਹਨਾਂ ਦੇ ਯਾਰ ਦੋਸਤ ਖਾਂਦੇ ਨੇ, ਤੇ ਤੂੰ ਬੱਚਾ ਆ ਕੇ ਤੁਹਾਨੂੰ ਦੱਸਦਾ, ਤੇ ਤੁਸੀਂ ਉਹਨੂੰ ਸਮਝਾਓ ਕਿ ਬੇਟਾ ਜਿਹੜੀ ਮਾਰਕੀਟ ਵਾਲੀ ਚੀਜ਼ ਆ ਉਹ ਇੱਦਾਂ ਵਾ, ਤੇ ਜਿਹੜੀ ਘਰੇ ਆਪਾਂ ਚੀਜ਼ ਬਣਾਵਾਂਗੇ ਉਹ ਇਸ ਤਰ੍ਹਾਂ। ਉਹਨੂੰ ਫਰਕ ਵੀ ਦੱਸੋ, ਉਹਨੂੰ ਉਹ ਚੀਜ਼ ਬਣਾ ਕੇ ਵੀ ਦਿਓ, ਉਹ ਆਪਣੇ ਆਪ ਨਹੀਂ ਬਾਹਰ ਲੀਆਂ ਜਿਹੜੀਆਂ ਮਾਰਕੀਟ ਵਾਲੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਊਗਾ। ਸਾਡੇ ਬੱਚੇ ਵੀ ਆ, ਐ ਨਹੀਂ ਬੱਚਿਆਂ ਸਾਰਿਆਂ ਦੇ ਹੁੰਦੇ ਆ ਵੀ ਸਾਰਿਆਂ ਦੇ ਬੱਚੇ ਜੀ ਕਰਦੇ ਨੇ ਆ ਕੇ ਗੁੱਡੂ ਦੱਸੋ ਮੰਮੀ ਅੱਜ ਕੋਈ ਆਹ ਲੈ ਕੇ ਆਇਆ ਸੀ ਸਕੂਲੇ, ਕੋਈ ਉਹ ਲੈ ਕੇ ਆਏ। ਮੈਂ ਹਰ ਕੋਸ਼ਿਸ਼ ਕਰਦੀ ਹਾਂ ਵੀ ਘਰੇ ਉਹਨਾਂ ਨੂੰ ਉਹ ਜਿਹੜੀ ਚੀਜ਼ ਬਣਾ ਕੇ ਦਿੱਤੀ ਜਾਵੇ। ਹੁਣੇ ਜਿਹੜਾ ਇਹਨਾਂ ਨੂੰ ਆਪਾਂ ਨਿਊਡਲਸ ਬਣਾ ਕੇ ਦੇਵਾਂਗੇ, ਫਿਰ ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਮੈਂ ਚਾਹ ਦਊਂਗੀ, ਫਿਰ ਉਹਨਾਂ ਨੂੰ ਆਪਾਂ ਟਿਊਸ਼ਨ 'ਤੇ ਭੇਜਾਂਗੇ। ਹੁਣ ਆਪਾਂ ਇਹਦੇ ਵਿੱਚ ਇਹ ਦੇਖੋ ਨਿਊਡਲਸ ਵੀ ਪਾ ਦਿੱਤੇ ਨੇ ਸਾਰੇ, ਮਿਕਸ ਕਰ ਦਿੱਤੇ ਆ।
मैं कोई सॉस सूस नहीं पा रही, तुसी चाहो तो ये कोई भी सोया सॉस पा लो चाहे दूसरी सॉस पा सकते हो। मैं बिल्कुल इन्हों मैगी की तरह बना के दे रही हाँ, टेस्टी बहुत लगते हैं। तो बाकी जेड़ा टेस्ट बधाना वा तुम कोई भी ये सॉस मिर्चा वाद घट जो भी तुम्हारी इच्छा तुम पा सकते हो। तो अपने देसी जेडे नूडल्स तैयार हो चुके हैं, तो हूँ आप बैठ के खाने हैं। तो हूँ आप लगे हैं जी इतने खान। गुड्डू किदा के बने, टेस्टी है ना? ये मैं सॉस सूस नहीं अच्छे कुछ भी पाया, तां कुछ करके टेस्टी इनू देसी पसंद हों। तू दस खावे इन सॉस का ज्यादा होंगे, सॉस सूस पाई हो, पर अज इन भी टेस्टी लगे। सच्ची सवाल है ना, सिंपल जी चीज भी कभी कभी सवाल लगती होंगी है। वैसे आप सॉस सूस पा लें कई कुछ, पर मेरी तो यही सलाह होंगी है कि तुम सॉस कोई ना पायो, वैसे इन बना के खाओ, बहुत ज्यादा टेस्टी बनती है। और बच्चे मैं ट्यूशन से भेज दिते सी, आने वाले होने वो भी, ते ये आप लेके आए सी गमले, जिवें वो बूटे तुहानू दस्या सीगा, रोज जांदी सीगी चेता भुल जांदा सीगा, पर ते अज फाइनली आप सारे गमले लै आए। ते मिट्टी है ये आप थोड़ी जी खाद जी देसी और रलावे, कुछ जी दूसरी आ कीड़ा ना लगे बूटे नू, वो वाली सारी मेडिसिन ये रला के ते फिर आप बूटे लाने। मिट्टी जी आप सामने प्लाट के जिथे नीयां भरिया गई उतो आप लेके आए थे, क्योंकि लाल लाल मिट्टी वधिया थल्यो निकली। उदा मिट्टी साढ़े इधर भी बहुत हैगी, पर उसके ना घा जहा बहुत हुंदा वा, इस करके मैं साफ जी मिट्टी लेके आई सी। हुण आपां इहदे खादर लाने आ, मैं बैठी इतने वेट ही करदी सी उन्हां दा आउंदे पए सी, हुण अणु आ गया ते आपां इहदे तों इह जिहड़ी खाद जिहड़ी उत्थे पई आ उहदे अपने गार्डन च उह आपां मंगा ली सी। होर लै के बेटा थोड़ी जी इन्हें आप चंगी तरह मिक्स कर ली। एक जी गंडोया वाली देसी खाद होंगी, वह भी आप बूटे पावे, ताकि जेडे बूटे आ पोली जी मिट्टी रवे, जो जिनी मिट्टी पोली रहूगी उन्ना जो बूटा वधिया ग्रो करता। तो किन्ना ही इतने तुम देख सकते हो कड़मस जहा पाया दोपहर, बूटी भी जी भी मैं कड के कुछ हल्की जी कर देना इतों क्यारी नू, भी कड के कुछ गमलिया चला देंगे, कुछ वो बूटे आ, कुछ आ देखो किन्ने होए पे सीगे मेरे फुल, कुछ आ देखो गेंदे किन्नी पनीरी लाई सी, सारी उत्थे ही होई जाती सी, गमले आनी सी मेरे को। ते उधर देखो पंछी देखो चौल खा रहे सीगे, कुछ बचे सीगे गुड्डू ने नहीं खाधे, ते मैं उत्थे पा के रख दिते पंछियों के खाण नूं। इदां जदों खांदे होण ना बड़ा सुकून जिहा आउंदा वेख के, भी आपां किसे दे मूंह दे विच कोई चीज़ पाती। वैसे भी तां आपां वेस्ट करके सुटना वा, कोई भी रोटी होवे कोई कोई चीज़ इदां दी चौल वगैरह जां कुछ इदां होवे ना, मैं इदां पा दिंदी, फिर बड़े आउंदे पंछी, सवेरे सवेरे भी बहुत आउंदे आ। ते हुण इधर अपनी जिहड़ी खाद आ उह रल चुकी है, देखो तुसीं आह मिट्टी वेख सकदे हो, इह कल्ली मिट्टी आ, ते ये जिहड़ी खाद मिक्स वाली है मिट्टी इदां दी हो जांदी, ये देसी खाद आ सारी। ते हुण आपां खाद भी पा लईए इहदे विच देसी, हुण आ जिहड़ी आ इह जाने कि बूटे की ग्रोथ वास्ते आपां पावांगे। वैसे लोकी सब्जियां नूं भी पाउंदे आ, पर आपां नहीं इन्हां सब्जियां सुब्जियां नूं, क्योंकि आपां नैचुरल जिहड़ी खाद आ उह पाउंदे सब्जियां नूं। चल बूटे नूं मैं कहा चल फुल वधिया लगणगे, कड़ा आपां चीज़ खाणी हुंदी है ना, इन्हों आप पा सकते हैं। तो ये वाली है, तुम अपनी जी दवाइया की दुकाना तो लैके आने कोई भी देसी खाद लिया के बूटिया पा दो। हमने आप सारी मिक्स कर देंगे, तो इन्हों बूटे ला के जी आप खाद बनाई सी जिसे तुम वीडियो चैनल पर वेख चुके हो, तो वह आप कीटनाशक जी भी दवाई, क्योंकि वह आप कली कुली भी पाई हो, आप बाद थोड़ी थोड़ी ये उत्ते पा देंगे, स्प्रे कर देंगे। आप गमलिया च मिट्टी भर लें, उस तो पहला जो शेक जहाँ हों, आप वैसे तो कोई ठीकर रखी दी अपने को गोल गोल इतने पत्थर जी यही आप रख लें, इदा रख के मिट्टी भर देंगे। गमले च होनी बहुत जरूरी होंगी है, क्योंकि ये बूटे की जड़ में जी हवा पीती रही वधिया। फिर आप जो पानी पावे पानी ना खुर खुर के मिट्टी भी बहर आ जानी है, पानी भी बूटे नूं पूरा नहीं पैना, मैंने इन नहीं रख, बाकी फालतू जी बचू फिर पा लेंगे। उफड़ा और फड़ा आप सारे जेडे गमले भर ले मिट्टी के बराबर दे, जी फालतू होगी मिट्टी जे जे किसी च घट लगी कोई वह बाद च पा देंगे आप बूटे। तो हम आप अणु तो जो बूटे मंगाए हैं तुम देखे उस उदन जो सबसक्राइबर अपने वास्ते बूटे लैके आए, देखो उदन के भी पे सके, ये भी हम आप लाने। ये मैं बूटे का नाम भी दसिया कि शुगर वास्ते बहुत वधिया वा, नाम वो मैं दो तीन बारी दसिया, फिर भी मैंने कमेंट आता भी यदा नाम की है। यह हैगा वा जी इंसुलिन का पौधा, यदा नाम इंसुलिन आ, तो तुम जाके अपनी नर्सरी तो कितों भी जाके इंसुलिन का पौधा कह के लिया सकते हो, नहीं तो देसी तुम ये कह दो भी जो शुगर ठीक करने वाला पौधा होंगे वो दे दो। ये तो देखो बच्चे जो ट्यूशन तो आके सारे इंजॉय कर रहे हैं। हाय दिवानशु।
ਅਨੂ ਵੀ ਜਾਂਦਾ ਹੁੰਦਾ, ਪਰ ਅੱਜ ਮੈਂ ਕੰਮ ਤੇ ਲਾਇਆ ਅਨੂ ਨੂੰ ਨਾਲ। ਅਨੂ ਨੇ ਵੀ ਉਧਰੋਂ ਜਿਹੜਾ ਪੌਦਾ ਲਾਤਾ ਤੇ ਆਪਾਂ ਇੱਧਰ ਇਹਨੂੰ ਲਾ ਦਿੰਦੇ ਹਾਂ। ਅਨੂ ਸੈਂਟਰ ਕਰਕੇ ਲਾ ਬੇਟਾ, ਠੀਕ ਹੈ? ਆ ਵੀ ਆਪਾਂ ਇੱਦਾਂ ਹੀ ਸੈਂਟਰ 'ਚ ਲਾ ਦਿੰਦੇ ਹਾਂ। ਲਾ ਕੇ ਤੇ ਘਿਰਿਓ ਘਿਰਿਓ ਮਿੱਟੀ ਨਾਲ ਆਪਾਂ ਦਿੰਦੇ, ਇੱਦਾਂ ਮੈਂ ਸਾਰੇ ਬੂਟੇ ਲਾ ਲੈਂਦੀ ਹਾਂ। ਹੁਣ ਆਪਾਂ ਸਾਰੇ ਗਮਲਿਆਂ ਦੇ ਵਿੱਚ ਬੂਟੇ ਲਾ ਦਿੱਤੇ, ਦੇਖੋ ਕਿੰਨੇ ਸੋਹਣੇ ਲੱਗਦੇ ਆ। ਤੇ ਹੁਣ ਇੱਧਰ ਵੀ ਇਹਦੇ ਵਿੱਚ ਆਹ ਵੀ ਲਾ ਦਿੱਤੀ ਮੈਂ। ਤੇ ਵੈਸੇ ਇਹਨੂੰ ਦੇਸੀ ਜੀ ਅਜਵਾਇਣ ਕਹਿੰਦੇ, ਪਤਾ ਨਹੀਂ ਇਹਦਾ ਨਾਮ ਕੀ, ਮੈਨੂੰ ਨਾਮ ਨਹੀਂ ਯਾਦ। ਜੇ ਕਿਹਨੂੰ ਪਤਾ ਹੋਵੇ ਇਹਦਾ ਨਾਮ ਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ। ਤੇ ਉਸ ਤੋਂ ਬਾਅਦ ਆਪਾਂ ਆਪਣੇ ਗਾਰਡਨ ਦੇ ਵਿੱਚ ਦੇਖੋ ਸਾਰੀਆਂ ਲੜੀਆਂ ਲਾਈਆਂ। ਪਹਿਲਾਂ ਉਹ ਉੱਪਰ ਤੇ ਲਾਈਆਂ ਸੀ ਸਾਰੀਆਂ, ਪਰ ਮੈਨੂੰ ਫਿਰ ਇਹ ਫਿੱਕਾ ਫਿੱਕਾ ਲੱਗਦਾ ਸੀ ਆਪਣਾ ਗਾਰਡਨ। ਤੇ ਹੁਣ ਆਪਾਂ ਇਹਦੇ ਵਿੱਚ ਵੀ ਲਾ ਦਈਏ, ਦੇਖੋ ਕਿੰਨੀ ਸੋਹਣੀ ਲੱਗਦੀ ਹੈ ਨਾ। ਸਾਰੇ ਦਰਖਤ ਐ ਜਗਮਗ ਜਗਮਗ ਕਰਦੇ ਪਏ, ਵੇਖੋ ਕਿੰਨਾ ਸੋਹਣਾ ਲੱਗਦਾ। ਇਹ ਆਪਾਂ ਆਪਣੇ ਗਾਰਡਨ ਦੇ ਵਿੱਚ ਦੇਖੋ ਲੜੀਆਂ ਲਾਈਆਂ ਨੇ, ਛੋਟੇ ਤੋਂ ਲੈ ਕੇ ਵੱਡੇ ਵੱਡੇ ਬੂਟੇ ਤੱਕ। ਤੇ ਤੁਸੀਂ ਦੇਖ ਸਕਦੇ ਹੋ ਤਰੇਕ ਕਿੰਨੀ ਸੋਹਣੀ ਲੱਗਦੀ ਪਈ ਹੈ। ਇਹਦੇ ਉੱਤੇ ਵੀ ਆਪਾਂ ਲੜੀਆਂ ਲਾਈਆਂ ਸੀਗੀਆਂ, ਤੇ ਇੱਧਰ ਅਮਰੂਦ ਉੱਤੇ ਵੀ ਆਪਾਂ ਲੜੀਆਂ ਲਾਤੀਆਂ। ਇਹਨੂੰ ਆਪਾਂ ਸਵੇਰੇ ਸਿੱਧਾ ਕਰਤਾ ਸੀ ਤੇ ਥੋੜੀਆਂ ਇੱਟਾਂ ਥੱਲੇ ਲਾ ਕੇ। ਦੇਖੋ ਮੇਰੀ ਆਵਾਜ਼ 'ਚ ਬੋਲਿਆ ਕਿੱਦਾਂ ਦੀ ਲੱਗੀ ਇਹਦੀ, ਤੇ ਮੇਰੀ ਆਵਾਜ਼ ਸੇਮ ਲੱਗਦੀ ਆ, ਨਾਲੇ ਬੋਲਣਾ ਇਹਨੂੰ ਵਧੀਆ ਆ ਗਿਆ ਹਨਾ, ਬਹੁਤ ਸੋਹਣਾ। ਕਹਿੰਦਾ ਮੰਮੀ ਐਵੇਂ ਬੋਲ ਕੇ ਵੇਖਦਾ ਤੁਹਾਡੀ ਵੀਡੀਓ ਦੇ ਵਿੱਚ। ਤੇ ਹੁਣ ਆਪਾਂ ਇਹ ਸਾਰੀ ਤਿਆਰੀ ਕਰ ਲਈ ਆ, ਹੁਣ ਆਪਾਂ ਚੱਲਦੇ ਨੇਰਾ, ਦੇਖੋ ਕਿੰਨਾ ਹੋ ਗਿਆ ਅੰਦਰ। ਤੇ ਆਪਾਂ ਬਣਾਉਂਦੇ ਰੋਟੀ ਪਾਣੀ, ਤੇ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ। ਸਾਰਿਆਂ ਨੂੰ ਦੀਵਾਲੀ ਦੀਆਂ ਐਡਵਾਂਸ ਦੇ ਵਿੱਚ ਮੁਬਾਰਕਾਂ। ਆਪਾਂ ਇਹ ਸਾਫ਼ ਸਫਾਈ ਸਾਰੀ ਦੀਵਾਲੀਆਂ ਕਰਕੇ ਕਰਦੇ ਹਾਂ। ਅੰਦਰ ਵੀ ਆਪਾਂ ਕਿਚਨ ਦੀ ਸਫਾਈ ਵੀ ਉਸ ਦਿਨ ਤੁਸੀਂ ਵੇਖਿਆ ਸੀ ਵੀਡੀਓ ਦੇ ਵਿੱਚ ਆਪਾਂ ਸਾਰੀ ਕੀਤੀ ਸੀ। ਹੁਣ ਥੋੜੀ ਬਾਹਰ ਵਿਹੜੇ ਦੀ ਰਹਿ ਗਈ ਹੈ, ਕਿਉਂਕਿ ਆਪਾਂ ਵੀ ਕਹਿੰਦੇ ਵੀ ਹਰ ਕੋਨਾ ਕੋਨਾ ਸਾਫ਼ ਕਰੀਏ, ਲਕਸ਼ਮੀ ਆਵੇ ਆਪਣੇ ਘਰੇ ਵੀ। ਵੈਸੇ ਜਿਹੜੀ ਕਹਿੰਦੇ ਲਕਸ਼ਮੀ ਆ, ਉਹ ਜਿਹੜੇ ਬਾਹਮਣ ਲੋਕ ਹੁੰਦੇ ਉਹਨਾਂ ਨੇ ਬੰਨੀ ਹੁੰਦੀ, ਉਹਨਾਂ ਦੇ ਘਰਾਂ 'ਚ ਹੀ ਆਉਂਦੀ ਆ। ਤੇ ਆਪਾਂ ਵੀ ਸਫਾਈ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਥੋੜੀ ਬਹੁਤੀ ਜੀ ਆਪਾਂ ਨੂੰ ਵੀ ਥੋੜੀ ਜੀ ਮਿਲ ਜੇ। ਤੇ ਹੁਣ ਆਪਾਂ ਇਸ ਵਲੌਗ ਦਾ ਇੱਥੇ ਐਂਡ ਕਰਦੇ ਹਾਂ, ਮਿਲਦੇ ਹਾਂ ਨੈਕਸਟ ਵਲੌਗ 'ਚ। ਤਦ ਤੱਕ ਜੀ ਬਾਏ। ਕੁਛ ਜਿਹੜੀ ਮਿੱਟੀ ਮੇਰੀ ਬਚ ਗਈ ਸੀਗੀ, ਥੋੜੇ ਬੂਟੇ ਵੀ ਰਹਿ ਗਏ ਮੇਰੇ, ਉਹ ਆਪਾਂ ਮੁੜ ਕੇ ਫਿਰ ਲਿਆ ਕੇ ਉਹਦੇ ਵਿੱਚ ਪਾ ਕੇ ਗਮਲਿਆਂ 'ਚ, ਤੇ ਫਿਰ ਆਪਾਂ ਬੂਟੇ ਲਾਵਾਂਗੇ।